ਵਿਧਾਨ ਸਭਾ اجلاس ਦਾ ਅੱਜ ਦੂਸਰਾ ਦਿਨ ਹੈ ਮੇਰੇ ਨਾਲ ਹਰਪਾਲ ਸਿੰਘ ਚੀਮਾ ਨੇ ਇਹਨਾਂ ਨਾਲ ਗੱਲਬਾਤ ਕਰ ਲੈਣੀ ਹੈ ਚੀਮਾ ਸਾਹਿਬ ਕੱਲ ਬੜਾ ਅਹਿਮ ਬਿਲ ਜਿਹੜਾ ਹੈ ਉਹ ਤੁਸੀਂ ਪਾਰਿਤ ਕੀਤਾ ਕਿਉਂਕਿ ਲਗਾਤਾਰ ਚਰਚਾਾਂਮੈਂ ਹੁੰਦੀਆਂ ਨੇ ਕਿ ਰੈਵਨਿਊ ਕਿਵੇਂ ਆਏਗਾ ਔਰ ਕੱਲ ਦਾ ਬਿਲ ਨੂੰ ਸਮਝਣਾ ਚਾਹਾਂਗੇ ਸੋਖੇ ਸ਼ਬਦਾਂ ਦੇ ਵਿੱਚ ਜੀਐਸਟੀ ਸੋਧ ਬਿਲ ਜਿਸ ਨੂੰ ਕਿਹਾ ਜਾ ਰਿਹਾ ਹੈ ਪੰਜਾਬ ਨੂੰ ਕੀ ਲਾਹਾ ਮਿਲੇਗਾ ਔਰ ਜਿਹੜਾ ਕਿਹਾ ਗਿਆ ਪੀਬੀ03 03 ਇਹ ਕੋਡ ਕਿਉਂ ਰੱਖਿਆ ਗਿਆ ਔਰ ਇਹ ਕੋਡ ਕਿਵੇਂ ਕੋਈ ਵੀ ਕਸਟਮਰ ਜਿਹੜਾ ਹੈ ਅਗਰ ਇੰਡੀਆ ਚ ਕਿਤੇ ਵੀ ਬੈਠਾ ਹੈ ਉਹ ਦੱਸੇਗਾ ਤਾਂ ਕਿਵੇਂ ਪੰਜਾਬ ਨੂੰ ਇਸ ਦਾ ਲਾਹਾ ਮਿਲੇਗਾ ਅ ਦੇਖੋ ਜੀਐਸਟੀ ਸੋਧਨਾ ਬਿੱਲ ਜਿਹੜਾ ਕੱਲ ਪੇਸ਼ ਕੀਤਾ ਗਿਆ ਸੀਗਾ ਜੀਐਸਟੀ ਕੌਂਸਲ ਦੇ ਅੰਦਰ 48ਵੀਂ 50 51 ਲਗਾਤਾਰ ਮੀਟਿੰਗਾਂ ਦਾ ਦੌਰ ਜਿਹੜਾ ਕੌਂਸਲ ਦਾ ਚੱਲ ਰਿਹਾ ਉਸ ਮੀਟਿੰਗਾਂ ਦੇ ਅੰਦਰ ਮੈਂ ਵੀ ਮੈਂਬਰ ਅਸੀਂ ਜਾਂਦੇ ਰਹਿੰਦੇ ਆ ਸੋ ਉੱਥੇ ਬਹੁਤ ਸਾਰੇ ਬਿੱਲ ਬਹੁਤ ਸਾਰੀਆਂ ਨਵੇਂ ਜਿਹੜੇ ਮੁੱਦੇ ਹੁੰਦੇ ਨੇ ਉਹਨੂੰ ਸੋਲਵ ਕਰਨ ਦਾ ਯਤਨ ਜਿਹੜਾ ਹੁੰਦਾਗਾ ਸੋ ਉੱਥੇ ਆਨਲਾਈਨ ਗੇਮਿੰਗ ਜਿਹੜੇ ਅੱਜਕੱਲ ਸਾਡੇ ਬੱਚੇ ਆਨਲਾਈਨ ਗੇਮਿੰਗ ਖੇਡਦੇ ਨੇ ਜਾਂ ਹORS ਰੇਸਿੰਗ ਆ ਜਾਂ ਕਸੀਨੋ ਆ ਇਹ ਪਹਿਲਾਂ ਟੈਕਸ ਤੋਂ ਬਾਹਰ ਸੀਗੇ ਟੈਕਸ ਦੇ ਘੇਰੇ ਚ ਪਹਿਲੀ ਵਾਰ ਆਏ ਨੇ ਔਰ 28% ਜਿਹੜਾ ਫੁੱਲ ਫੇਸ ਵੈਲਿਊ ਤੇ 28% ਟੈਕਸ ਲੱਗੂਗਾ ਯਾਨੀ ਕਿ ਜੇ ਤੁਸੀਂ ਖੇਡਣ ਦੇ ਵਕਸ 1000 ਰੁਪਏ ਦਾ ਕੋਈ ਚੀਜ਼ ਖਰੀਦੀ ਹੈ ਚਿਪ ਖਰੀਦੀ ਹੈਗਾ 1000 ਰੁਪਏ ਦਾ ਤਾਂ ਉਹਦੇ ਚ 28% ਜਿਹੜਾ ਉਹ GST ਲੱਗੂਗਾ ਸੋ ਪਹਿਲੀ ਵਾਰ ਹੋਇਆਗਾ ਸੋ ਇਹਦੇ ਨਾਲ ਮਤਸਬਿੰਦਾ ਦੇਸ਼ ਦੇ ਰੈਵਨਿਊ ਚ ਔਰ ਪੰਜਾਬ ਦੇ ਰੈਵਨਿਊ ਚ ਵਾਧਾ ਹੋਊਗਾ ਪਰ ਲੇਕਿਨ ਮੈਂ ਸਪੱਸ਼ਟ ਕਰ ਦਿਆਂ ਕਿ ਹਾਊਸ ਰੈਸਿੰਗ ਤੇ ਕਸੀਨੋ ਜਿਹੜਾ ਹੈਗਾ ਉਹ ਪੰਜਾਬ ਚ ਬੈਨ ਨੇ ਨਹੀਂ ਖੇਡੇ ਜਾਂਦੇ ਇਸ ਤੋਂ ਬਿਨਾ ਨਵੀਂਕ ਪ੍ਰੋਵੀਜ਼ਨ ਐਡ ਕੀਤੀ ਗਈ ਆ ਕਿ ਜੇਕਰ ਮੰਨ ਲਓ ਪੰਜਾਬ ਦਾ ਕੋਈ ਨਿਵਾਇੰਦਾ ਪੰਜਾਬ ਦਾ ਕੋਈ ਵਿਅਕਤੀ ਮੰਨ ਲਓ ਤੁਸੀਂ ਜੇਕਰ ਗੋਆ ਚਲੇ ਜਾਨੇ ਹੋ ਗੋਆ ਦੇ ਵਿੱਚ ਕਿਸੇ ਕੰਮ ਲਈ ਜਾਨੇ ਹੋ ਜਾਂ ਘੁੰਮਣ ਜਾਨੇ ਹੋ ਜਾਂ ਕੋਈ ਹੋਰ ਆ ਉੱਥੇ ਜਾ ਕੇ ਤੁਸੀਂ ਕੋਈ ਵੀ ਚੀਜ਼ ਪਰਚੇਸ ਕਰਦੇ ਹੋ ਕੋਈ ਵੀ ਚੀਜ਼ ਖਰੀਦਦੇ ਹੋ ਤਾਂ ਤੁਸੀਂ ਟੈਕਸ ਪੇ ਕਰਦੇ ਹੋਗੇ ਕਿ ਜੇਕਰ ਤੁਸੀਂ ਪੰਜਾਬ ਦਾ ਕੋਡ ਲਿਖਾਉਨੇ ਹੋ 0 ਹੀ ਜਿਹਦਾ ਕੋਡ ਨੰਬਰ ਆ 03 ਜਾਂ ਪੰਜਾਬ ਲਿਖਾਉਨੇ ਹੋ ਤੇ 03 ਲਿਖਾਉਨੇ ਤਾਂ ਉਹ ਸਾਰਾ ਪੈਸਾ ਜਿਹੜਾ ਟੈਕਸ ਦਾ ਕਟਿਆ ਜਾ ਉਹਦਾ ਜਿਹੜਾ ਹਿੱਸਾ ਬਣਦਾਗਾ ਉਹ ਹਿਸਾਬ ਪੰਜਾਬ ਚ ਆਊਗਾ ਸੋ ਇਹ ਇਹ ਜਿਹੜਾ ਬੜਾ ਅਹਿਮ ਹੈ ਲੋਕਾਂ ਨੂੰ ਵੀ ਸੋ ਹੋਰ ਥੋੜਾ ਜਿਹਾ ਕਲੀਅਰ ਕਰ ਦਈਏ 03 ਕੋਈ ਸਮਾਨ ਅਗਰ ਪੰਜਰ 10 ਰੁਪਏ ਦੇ ਸਾਬਨ ਤੋਂ ਲੈ ਕੇ ਕੀ ਹੋਟਲ ਦੀ ਬੁਕਿੰਗ ਕਰवानी ਹੈ ਜਾਂ ਕਿਸੇ ਨੇ ਕੋਈ ਕਪੜਾ ਖਰੀਦਣਾ ਹੈ ਕਿ ਲੀੜਾ ਖਰੀਦਣਾ ਹੈ ਇਹ ਸਾਰਿਆਂ ਤੇ 03 ਲਾਵਾਂਗੇ ਤੇ ਪੰਜਾਬ ਨੂੰ ਟੈਕਸ ਪੈਸਾ ਆਏਗਾ ਬਿਲਕੁਲ ਜੀ ਜੇਕਰ ਤੁਸੀਂ ਆਪਣਾ ਜਦੋਂ ਤੁਸੀਂ ਕੋਈ ਚੀਜ਼ ਪਰਚੇਜ਼ ਕਰਦੇ ਹੋ ਚਾਹ ਛੋਟੀ ਆ ਚਾਹ ਵੱਡੀ ਹੈ ਜਿਹੜੀ ਮਰਜ਼ੀ ਪਰ ਚੀਜ਼ ਆ ਜਦੋਂ ਤੁਸੀਂ ਆਪਣਾ ਕੋਡ ਦਰਜ ਕਰਾਉਣੀ ਹੋ ਕਿ ਮੈਂ ਪੰਜਾਬ ਦਾ ਜੀ ਇਹ ਤੋਂ ਵੀ ਪਰਚੇਜ਼ ਕਰਦੇ ਹੋ ਤੇ ਮੇਰਾ ਪੰਜਾਬ ਦਾ ਕੋਡ ਜਿਹੜਾ 03 ਆ ਜੀ ਜਦੋਂ ਤੁਹਾਡੇ ਬਿੱਲ ਦੇ ਅੰਦਰ ਜਿਹੜਾ ਤੁਸੀਂ ਬਿੱਲ ਲਾਉਂਗੇ ਉਹ ਜੀਰੋ 3 ਤੇ ਪੰਜਾਬ ਲਿਖੂਗਾ ਤਾਂ ਸਾਰਾ ਪੈਸਾ ਜਿਹੜਾ ਜੀਐਸਟੀ ਟੈਕਸ ਦਾਗਾ ਉਹ ਪੰਜਾਬ ਦੇ ਖਜ਼ਾਨੇ ਚ ਆਊਗਾ ਤਾਂ ਮੇਰੀ ਤਾਂ ਸਾਰਿਆਂ ਨੂੰ ਅਪੀਲ ਵੀ ਹੈ ਤੁਹਾਡੇ ਜਰੀਏ ਕਿ ਸਾਰੇ ਜਣੇ ਜਦੋਂ ਵੀ ਤੁਸੀਂ ਕਿਉਂਕਿ ਪੰਜਾਬੀ ਖਾਸ ਕਰਕੇ ਖਰੀਦਦਾਰ ਚੋਣ ਦਾ ਸਮਾਨ ਦੱਸ ਜੇ ਕਿਸੇ ਕਿਸੇ ਨੇ ਕਾਰ ਖਰੀਦਣੀ ਹੈ ਐਗਜ਼ਾਮਪਲ ਦੇ ਤੌਰ ਤੇ ਕਾਰ ਖਰੀਦਣੀ ਹੈ ਜਾਂ ਮੋਟਰਸਾਈਕਲ Goa ਜਾਂ ਬੈਂਗਲੌਰ ਜਾਂ ਕਿਤੇ ਵੀ ਪੰਜਾਬੀ ਨੇ ਖਰੀਦਣਾ ਹੈ ਤਾਂ ਉਹ 03 ਲਿਖਾਵੇ ਉਸ ਤੋਂ ਬਾਅਦ ਉਸ ਦਾ ਪੈਸਾ ਜਿਹੜਾ ਪੰਜਾਬ ਨੂੰ ਆਏਗਾ ਬਿਲਕੁਲ ਕਿਸੇ ਨੇ ਕੋਈ ਵੀ ਵਸਤ ਖਰੀਦਣੀ ਹੈ ਕਿਸੇ ਦੂਜੇ ਜੇ ਤੁੱਕੀ ਦੂਜੇ ਸਟੇਟ ਤੋਂ ਖਰੀਦ ਰਹੀਆਂ ਤਾਂ ਉਹ 03 ਕੋਡ ਲਿਖਾਉਣਾ ਚਾਹੀਦਾ ਤਾਂ ਸਾਰਾ ਪੈਸਾ ਜਿਹੜਾ ਉਹ ਉਸ ਨੂੰ ਆਧਾਰ ਕਾਰਡ ਜਾਂ ਵੋਟਰ ਕਾਰਡ ਦਿਖਾਉਣਾ ਹੋਏਗਾ ਜਾਂ ਕੱਲਾ 03 ਲਿਖਾ ਦੇ ਨਹੀਂ ਕੁਝ ਦਿਖਾਉਣ ਦੀ ਲੋੜ ਨਹੀਂ ਹੈਗੀ 03 ਦਿਖਾਓ ਤੇ ਸਾਰਾ ਪੈਸਾ ਜਿਹੜਾ ਪੰਜਾਬ ਚ ਆਊਗਾ ਦੂਸਰੇ ਵੀ ਹੈ ਕਿ ਜੇਕਰ ਕੋਈ ਬੈਂਗਲੌਰ ਦਾ ਬੰਦਾ ਵਾ ਉਸਨੇ ਪੰਜਾਬ ਚ ਕੋਈ ਚੀਜ਼ ਖਰੀਦੀ ਹੈ ਅਗਰ ਉਹ ਬੈਂਗਲੌਰ ਦਾ ਕੋਡ ਲਗਾਉਂਦਾ ਐਗਜ਼ਾਮਪਲ ਦੇ ਤੌਰ ਤੇ ਤਾਂ ਉਹ ਬੈਂਗਲੌਰ ਨੂੰ ਪੈਸਾ ਜਾਏਗਾ ਬਿਲਕੁਲ ਜੇਕਰ ਕੋਈ ਹੋਰ ਸਟੇਟ ਦਾ ਬੰਦਾ ਪੰਜਾਬ ਚੋਂ ਖਰੀਦਦਾਗਾ ਤਾਂ ਜੇਕਰ ਆਪਣੇ ਸਟੇਟ ਦਾ ਨੰਬਰ ਲਿਖਾਉਂਦਾਗਾ ਆਪਣੇ ਸਟੇ ਦੂਸਰੇ ਵੀ ਕੱਲ ਦਾ ਸੈਸ਼ਨ ਬੜਾ ਠੰਡਾ ਜਾ ਰਿਹਾ ਜਿਵੇਂ ਤਲਕੀ ਹੁੰਦੀ ਹੈ ਬਾਜਵਾ ਸਾਹਿਬ ਵਰਸਸ ਸੀਐਮ ਸਾਹਿਬ ਦੇ ਵਿਚਾਲੇ ਉਹ ਤਲਕੀ ਦੇਖਣ ਨੂੰ ਨਹੀਂ ਮਿਲੀ ਸੀ ਐਮ ਸਾਹਿਬ ਤਾਂ ਕੱਲ ਤਾਰੀਫ ਕਰਦੇ ਨਜ਼ਰ ਆਏ ਕਹਿੰਦਾ ਤੁਸੀਂ ਸ਼ੋਅ ਬੜਾ ਚੰਗਾ ਪਾਇਆ ਤੁਹਾਡੇ ਵਾਲ ਕੈਮਰਾ ਕਿਉਂ ਨਾ ਜਾਏਗਾ ਆ ਦੇਖੋ ਵਿਧਾਨ ਸਭਾ ਜਿੱਥੇ ਲਗਭਗ 117 ਮੈਂਬਰ ਪੰਜਾਬ ਦੇ ਲੋਕ ਚੁਣ ਕੇ ਭੇਜਦੇ ਨੇ ਉੱਥੇ ਹੈਲਦੀ ਡਿਬੇਟ ਹੋਣੀ ਚਾਹੀਦੀ ਆ ਉੱਥੇ ਮੈਂ ਸਮਝਦਾ ਕਿ ਇੱਕ ਸਾਰਥਕ ਮੁੱਦਿਆਂ ਤੇ ਬਹਿਸ ਹੋਣੀ ਚਾਹੀਦੀ ਆ ਮੁੱਦਿਆਂ ਦਾ ਹੱਲ ਕਰਨ ਲਈ ਲੋਕਾਂ ਨੇ ਸਾਨੂੰ ਚੁਣ ਕੇ ਭੇਜਿਆ ਹੈਗਾ ਸਾਰੇ ਵਿਧਾਇਕ ਚੁਣ ਕੇ ਆਏ ਨੇ ਸਿਰ ਮੁੱਦਿਆਂ ਦਾ ਹੱਲ ਕਰਨ ਲਈ ਆਏ ਨੇ ਸੋ ਮੈਂ ਤਾਂ ਸਮਝਦਾ ਕਿ ਬਹੁਤ ਅੱਛਾ ਸ਼ਗਨ ਅਸ਼ੁਭ ਸ਼ਗਨਾਗਾ ਕਿ ਆਪੋਜੀਸ਼ਨ ਨੇ ਕਰ ਜਿਹੜੀ ਆ ਉਹ ਅੰ ਅੱਛੀ ਭੂਮਿਕਾ ਨਿਭਾਈ ਆ ਸਾਰਥਕ ਭੂਮਿਕਾ ਨਿਭਾਈ ਆ ਕੰਸਟਰਕਟਿਵ ਭੂਮਿਕਾ ਨਿਭਾਈ ਆ ਇਸ ਤਰ੍ਹਾਂ ਦੀ ਭੂਮਿਕਾ ਮਾਉਣੀ ਚਾਹੀਦੀ ਆ ਉਸ ਲੋਕਾਂ ਨੂੰ ਗੱਲ ਪਤਾ ਲੱਗਣੀ ਚਾਹੀਦੀ ਕਿ ਪੰਜਾਬ ਜਿਹੜਾ ਉਹ ਤਰੱਕੀ ਦੀ ਅਲੀ ਹੱਥ ਚੱਲ ਰਿਹਾ ਨਹੀਂ ਤੇ ਜਿਹੜੇ ਕਹਿੰਦੇ ਕਹਿੰਦੇ ਇਸ਼ਾਰਾ 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 ਭਗਵ ਨਾਂਗਾ ਪੰਜਾਬ ਨੂੰ ਤਰੱਕੀ ਦੀਆਂ ਲੀਗਾਂ ਤੇ ਲੈ ਕੇ ਜਾਣਾਗਾ ਤੋਂ ਜਿਹੜੇ اپੋਜੀਸ਼ਨ ਦੇ ਮੈਂਬਰ ਜੋ ਹਿੱਸਾ ਪਾ ਰਹੇ ਉਹਨਾਂ ਦਾ ਧੰਨਵਾਦ ਬਹੁਤ-ਬਹੁਤ ਲੇਕਿਨ ਰਾਜਨੀਤੀ ਜੀ ਕਹਿੰਦੇ ਇਸ਼ਾਰਾ ਬਹੁਤ ਕੁਝ ਕਹਿੰਦਾ ਹੈ ਲੋਕ ਸਭਾ ਦੀ ਆਪਸੀ ਗੜਜੋੜਤਾ ਨਹੀਂ ਹੋਏਗਾ ਕਿ ਤਾ ਅਜੇ ਹਾ ਤਾਂ ਨਹੀਂ ਹੋਏਗਾ ਕਾਂਗਰਸ ਤੇ ਆਮ ਆਦਮੀ ਪਾਰਟੀ ਮਿਲ ਕੇ ਚੌਨ ਲੜ ਰਹੇ ਸੱਤ ਸੀਟਾਂ ਤੇ ਆਮ ਆਦਮੀ ਪਾਰਟੀ ਲੜ ਰਹੀ ਹੈ ਸੱਤ ਸੀਟਾਂ ਤੇ ਕਾਂਗਰਸ ਲੜ ਰਹੀ ਚੰਡੀਗੜ੍ਹ ਪਾ ਕੇ ਦੇਖੋ ਹਜੇ ਇਸ ਤਰ੍ਹਾਂ ਦੀ ਕੋਈ ਵੀ ਚਰਚਾ ਨਹੀਂ ਹੋਈ ਹੈਗੀ ਹਜੇ ਇਲੈਕਸ਼ਨ ਦੇ ਵਿੱਚ ਬਹੁਤ ਸਮਾਂ ਪਿਆਗਾ ਉਹ ਜਦੋਂ ਇਲੈਕਸ਼ਨ ਆਉਣਗੇ ਉਦੋਂ ਦੇਖਿਆ ਜਾਊਗਾ ਬਟ ਲੇਕਿਨ ਮੈਂ ਸਾਂਵੰਦਾ ਵਿਧਾਨ ਸਭਾ ਜਿਹੜੀ ਆ ਉਹ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਆ ਪੰਜਾਬ ਦੇ ਬਿਲਾ ਨੂੰ ਲੈ ਕੇ ਆ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਤਾਂ ਉੱਥੇ ਸਾਰਥਿਕ ਬਹਿਸ ਹੋਣੀ ਚਾਹੀਦੀ ਐ ਇਸ ਤੇ ਜਦੋਂ ਆਪੋਜੀਸ਼ਨ ਦੇ ਵਿੱਚ ਸੀ ਜਦੋਂ ਮੈਂ ਲੀਡਰ ਆਫ ਆਪੋਜੀਸ਼ਨ ਸੀ ਮੈਂ ਤਾਂ ਬਹੁਤ ਸਾਰੇ ਸੁਝਾਅ ਜਿਹੜੇ ਸੀਗੇ ਮਨਜੋਗ ਉਸ ਸਮੇਂ ਦੇ ਮੁੱਖ ਮੰਤਰੀ ਦੰਦਾ ਹੁੰਦਾ ਸੀਗਾ ਬੇਸ਼ੱਕ ਉਸ ਸਮੇਂ ਦੇ ਮੁੱਖ ਮੰਤਰੀ ਥੋੜੇ ਆੜial ਸੁਭਾਅ ਦੇ ਸੀ ਕਾਂਗਰਸ ਦੇ ਪਤਾ ਹੀ ਐਟਿਟਿਊਡ ਕੀ ਸੀਗਾ ਪਰ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਤਾਂ ਹਮੇਸ਼ਾ ਸਾਰਥਿਕ ਪੋਜ਼ਿਟਿਵ ਜਿਹੜੇ ਵਿਚਾਰ ਆਉਂਦੇ ਨੇਗੇ ਉਹਨਾਂ ਦਾ ਆਲਵੇਜ ਵੈਲਕਮ ਕਰਦੇ ਨੇਗੇ ਇਸ਼ਾਨ ਇੰਤਜ਼ਾਰ ਕਰ ਰਹੇ ਸੀਐਮ ਸਾਹਿਬ ਦੇ ਗੰਨੇ ਦੇ ਐਲਾਨ ਦਾ ਗੰਨੇ ਦਾ ਐਲਾਨ ਅੱਜ ਹੋ ਜਾਏ ਅਨ ਦੇ ਕੋ ਮਨਜੋਗ ਸੀਮ ਸਾਹਿਬ ਕੋਲੇ ਫਾਈਲ ਜਿਹੜੀ ਚਲੀ ਗਈ ਆ ਸੋ ਮੰਨੋ ਸੀਐਮ ਸਾਹਿਬ ਦਾ ਪ੍ਰਰੋਗੇਟਿਵ ਆ ਉਹ ਬਿਲਕੁਲ ਅਨਾਉਂਸ ਕਰਨਗੇ ਕਦੋਂ ਕਰਨਾ ਹੈ ਉਹਨਾਂ ਕੋਲੇ ਕਿਉਂਕਿ ਉਹ ਡਾਇਰੈਕਟਰ ਦੇ ਜਿਹੜੇ ਚੇਅਰਮੈਨ ਨੇ ਕਿ ਸੋ ਸਾਰਾ ਕੁਝ ਉਹਨਾਂ ਕੋਲੇ ਸੀ ਭੇਜਿਆ ਅੱਜ ਹੋ ਸਕਦਾ ਹੈ ਲਾ ਦੇਖੋ ਅੱਜ ਜਾਂ ਕੱਲ ਬੜੀ ਜਲਦੀ ਜਿਹੜਾ ਹੈਗਾ ਗੱਨੇ ਦਾ ਕਿਉਂਕਿ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਸੋ ਸੀਜ਼ਨ ਤੋਂ ਪਹਿਲਾਂ ਪਹਿਲਾਂ ਅਸੀਂ ਅਨਾਉਂਸ ਕਰਨ ਦੀ ਕਿ ਸਾਂਝ ਥੇਵੰਦੀਆਂ ਨਾਲ ਕਮਿਟਮੈਂਟ ਕੀਤੀ ਸੀ ਉਸ ਤੋਂ ਪਹਿਲਾਂ ਪਹਿਲਾਂ ਅਸੀਂ ਕਰੀਏ ਵਿਰੋਧੀ ਕਹ ਰਹੇ ਕਹਿੰਦੇ ਸਮਾਂ ਬੇਦਖਟ ਹੈ ਡੇਢ ਡੇਢ ਦਾ ਸੈਸ਼ਨ ਹੈ ਸੈਸ਼ਨ ਲੰਬਾ ਹੋਣਾ ਚਾਹੀਦਾ ਅੱਧਾ ਸਤ ਦਾ ਸੈਸ਼ਨ ਹੋਣਾ ਚਾਹੀਦਾ ਜਦੋਂ ਦੇਖੋ ਜਦੋਂ ਅਸੀਂ ਸੈਸ਼ਨ ਲੰਬਾ ਬੁਲਾਉਨੇ ਆਂ ਫਿਰ ਉਹ ਕਹਿੰਦੇ ਬਿਜ਼ਨਸ ਨਹੀਂ ਹੈਗਾ ਤੁਹਾਡੇ ਕੋਲੇ ਤਾਂ ਬਿਜ਼ਨਸ ਕਿਨੇ ਦੇਣਾਗਾ ਬਿਜ਼ਨਸ ਆਪੋ ਜਿਸ਼ਨ ਦੇਣਾਗਾ ਸਵਾਲ ਜਵਾਬ ਉਹਨਾਂ ਨੇ ਲਾਉਣਨੇ ਨੇ ਕਾਲ ਅਟੈਂਸ਼ਨ ਮੋਸ਼ਨ ਉਹਨਾਂ ਨੇ ਲਾਉਣਨੇ ਨੇ ਪ੍ਰਾਈਵੇਟ ਵਿਲ ਉਹਨਾਂ ਨੇ ਲਾਉਣਨੇ ਨੇ ਸਰਕਾਰੀ ਤੇ ਸਾਡੇ ਐਮਐਲਏ ਸਹਿਬਾਨ ਜਿੰਨੇ ਸਾਡੇ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਤਾਂ ਬਹੁਤ ਸਾਰਾ ਬਿਜ਼ਨਸ ਲੈ ਕੇ ਆਉਂਦੇ ਨੇ ਕਿ ਬਹੁਤ ਸਾਰੀਆਂ ਜਿਹੜੀਆਂ ਜਿਹੜਾ ਜਿੰਨਾ ਬਿਜ਼ਨਸ ਆਉਣਾ ਚਾਹੀਦਾ ਉਹ ਲੱਗਦਾ ਹੈਗਾ ਵਿਧਾਨ ਸਭਾ ਦੇ ਅੰਦਰ ਸੋ ਆਪੋਜੀਸ਼ਨ ਨੂੰ ਵੀ ਚਾਹੀਦਾ ਕਿ ਹੋਰ ਕੰਸਟਰਕਟਿਵ ਭੂਮਿਕਾ ਨਿਭਾਉਣ ਤੇ ਬਿੱਲ ਲੈ ਕੇ ਆਉਣ ਜੋ ਵੀ ਕੁਛਣ ਦਾ ਬਣਦਾਗਾ ਉਹ ਲੈ ਕੇ ਆਉਣ ਅਸੀਂ ਤਾਂ ਉਹ ਤੇ ਚਰਚਾ ਕਰਾਉਣ ਨੂੰ ਤਿਆਰ ਹਾਂ ਸਾਹਿਬ ਸਵਾਲ ਸੀਐਮ ਸਾਹਿਬ ਕੱਲ ਤਲਖੀ ਕੇਂਦਰ ਦੇ ਖਿਲਾਫ ਬੜੀ ਜ਼ਬਰਦਸਤ ਦੇਖਣ ਨੂੰ ਮਿਲੀ ਕਹਿੰਦੇ ਰਾਸ਼ਟ ਗਣ ਦੇ ਵਿੱਚ ਵੀ ਜਨ ਗਣ ਮੰਨ ਦੇ ਵਿੱਚ ਪੰਜਾਬ ਸ਼ਬਦ ਨੂੰ ਬੀਜੇਪੀ ਕੱਟ ਦਿੰਦੀ ਜੇਕਰ ਇਸੇ ਤਰੀਕੇ ਨਾਲ ਜਿਵੇਂ ਨਾਰਾ ਬਿਲਕੁਲ ਬਹੁਤ ਸਾਰਾ ਪੈਸਾ ਸਾਡਾ ਕੇਂਦਰ ਸਰਕਾਰ ਨੇ ਰੋਕਿਆ ਹੋਇਆ ਹੈਗਾ ਕੇਂਦਰ ਸਰਕਾਰ ਕੀ ਦੀ ਆ ਭਾਰਤੀ ਜਨਤਾ ਪਾਰਟੀ ਦੀ ਆ ਸਰਕਾਰ ਬਿਲਕੁਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਪੰਜਾਬ ਨਾਲ ਮਤਰੀਮਾਲਾ ਸਲੂਕ ਕਰ ਰਹੀ ਆ ਲਗਾਤਾਰ ਸਾਡਾ ਆਰਡੀਐਫ ਦਾ ਪੈਸਾ ਕੋਈ ਵੀ ਪੈਸਾ ਸਾਡਾ ਹੁੰਦਾਗਾ ਸਾਡਾ ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਹੋਰ ਬਹੁਤ ਸਾਰੇ ਪੈਸੇ ਜਿਹੜੇ ਨੇ ਜਿਹੜੇ ਪੰਜਾਬ ਦੇ ਲੋਕਾਂ ਦੀ ਸਿਹਤ ਨਾਲ ਸੰਬੰਧਤ ਨੇ ਜਿਹੜੇ ਪੰਜਾਬ ਦੀ ਕਿਸਾਨ ਨਾਲ ਸੰਬੰਧਤ ਨੇਗੇ ਕਿ ਪੰਜਾਬ ਦੇ ਕਿਸਾਨ ਦੀ ਡਿਵੈਲਪਮੈਂਟ ਹੋਣੀ ਹੈ ਪੰਜਾਬ ਦੇ ਲੋਕਾਂ ਦੀ ਸਿਹਤ ਦਾ ਖਿਆਲ ਰੱਖਣਾਗਾ ਸੋ ਇੱਥੋਂ ਪਤਾ ਲੱਗਦਾਗਾ ਕਿ ਪੰਜਾਬ ਦੇ ਲੋਕਾਂ ਦੇ ਕਿੰਨਾ ਖਿਲਾਫ ਆ ਬੀਜੇਪੀ ਕਿੰਨਾ ਕੁੱਟ-ਕੁੱਟ ਕੇ ਪੰਜਾਬ ਦੇ ਖਿਲਾਫ ਮਾਨਸਿਕਤਾ ਜਿਹੜੀ ਆ ਘਟੀਆ ਮਾਨਸਿਕਤਾ ਬੀਜੇਪੀ ਦੀ ਆ ਕਿ ਉਹ ਉਹ ਜਿਹੜਾ ਹੈਗਾ ਪੰਜਾਬ ਨੂੰ ਜਿਹੜਾ ਹੈਗਾ ਪੰਜਾਬ ਦੇ ਖਿਲਾਫ ਹਮੇਸ਼ਾ ਹੀ ਕੋਈ ਨਾ ਕੋਈ ਛੜਜੰਤਰ ਰੱਖਦੀ ਰਹਿੰਦੀ ਆ ਸੋ ਇਹ ਗੱਲ ਬਿਲਕੁਲ ਸੀਐਮ ਸਾਹਿਬ ਨੇ ਕਹੀ ਹੈ ਕਿ ਇਹ ਤੇ ਸਪਸ਼ਟ ਵੀ ਆ ਕਿਉਂਕਿ ਸਾਡੇ ਕੋਲ ਜਦੋਂ ਪੈਸਾ ਆਉਂਦਾਗਾ ਕਿ ਕਿਸ ਤਰ੍ਹਾਂ ਪੰਜਾਬ ਦਾ ਪੈਸਾ ਰੋਕਿਆ ਜਾਂਦਾਗਾ ਸੋ ਕਿਸ ਤਰ੍ਹਾਂ ਬੀਜੇਪੀ ਜਿਹੜੀ ਆ ਪੰਜਾਬ ਨੂੰ ਪਿੱਛੇ ਧੱਕਣ ਦਾ ਯਤਨ ਕਰ ਰਹੀ ਹੈ ਪਰ ਪੰਜਾਬੀ ਜਿਹੜੇ ਨੇ ਕਿ ਪੰਜਾਬ ਦੇ ਲੋਕ ਬڑے ਸੂਰਵੀਰ ਨੇ بڑے ਯੋਧੇ ਨੇ ਹਮੇਸ਼ਾ ਹੀ ਜਦੋਂ ਵੀ ਕਿਤੇ ਦੇਸ਼ ਨੂੰ ਭੀੜ ਪਈਆ ਦੇਸ਼ ਦੇ ਲਈ ਡਟ ਕੇ ਜਿਹੜਾ ਪੰਜਾਬ ਖੜਿਆਗਾ ਪੰਜਾਬ ਦੇ ਜਦੋਂ ਵੀ ਕੋਈ ਬਾਹਰੀ ਹਮਲਾ ਹੁੰਦਾ ਤਾਂ ਪੰਜਾਬ ਸਭ ਤੋਂ ਪਹਿਲਾਂ ਉਹਨਾਂ ਹਮਲਿਆਂ ਨੂੰ ਝੇਲਦਾਗਾ ਹਮਲਿਆਂ ਨੂੰ ਰੋਕਦਾਗਾ ਸੋ ਮੈਂ ਸਮਝਦਾ ਬੀਜੇਪੀ ਨੇ ਰਵਈਆ ਨਹੀਂ ਬਣਾਉਣਾ ਚਾਹੀਦਾ ਪੰਜਾਬ ਪਰਦਾ ਨਿਖੜਮਾ ਆਂਗਾ ਔਰ ਪੰਜਾਬ ਨੇ ਭਾਰਤ ਦੀ ਤਰੱਕੀ ਦੇ ਵਿੱਚ ਬਹੁਤ ਐਬਦ ਅਹਿਮ ਯੋਗਦਾਨ ਪਾਇਆ ਹੈਗਾ ਸਰਹੱਦਾਂ ਦੇ ਉੱਤੇ ਸਭ ਤੋਂ ਵੱਧ ਨੌਜਵਾਨ ਸਾਡੇ ਸ਼ਹੀਦ ਹੋਏ ਨੇ ਆਜ਼ਾਦੀ ਵੇਲੇ ਸਭ ਤੋਂ ਵੱਧ ਕੁਰਬਾਨੀਆਂ ਪੰਜਾਬ ਨੇ ਦਿੱਤੀਆਂ ਨੇਗੀਆਂ ਔਰ ਜਦੋਂ ਦੇਸ਼ ਦੇ ਅੰਦਰ ਅੰਨ ਨਹੀਂ ਹੁੰਦਾ ਸੀਗਾ ਜੋ ਦੇਸ਼ ਦੇ ਅੰਦਰ ਕਣਕ ਚਾਵਲ ਨਹੀਂ ਹੁੰਦਾ ਸੀਗਾ ਉਸ ਸਮੇਂ ਗ੍ਰੀਨ ਰੈਵੋਲੂਸ਼ਨ ਪੰਜਾਬ ਦੇ ਪੰਜਾਬੀਆਂ ਲੈ ਕੇ ਆਂਦੀ ਹੈ ਸੋ ਮੈਂ ਸਮਝਦਾ ਕੇਂਦਰ ਸਰਕਾਰ ਨੂੰ ਪੰਜਾਬ ਦਾ ਨਿਆਂ ਕਰਨਾ ਚਾਹੀਦਾ ਜਸਸ ਕਰਨਾ ਚਾਹੀਦਾ ਧੰਨਵਾਦ ਤਾਂ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਹਰਪਾਲ ਸਿੰਘ ਚੀਮਾ న్యూਸ 18 ਦੇ ਜੁੜੇ ਖਾਸ ਮੁੱਦੇ ਤੇ ਗੱਲਬਾਤ ਕੀਤੀ ਕੈਮਰਾਮੈਨ ਜਿੰਦਰ ਦੇ ਨਾਲ ਪੰਕੇ ਪੈ న్యూਸਟ